कहते हैं कि पंजाबी जिथे भी जाते हैं अपने झंडे गढ़ देंदे हैं। जिला संगरूर अते बठिंडा दीयां लड़कियां ने डालर अते चैक नाल भरिया लिफाफा वापस करके ईमानदारी का सबूत दिता है। उत्थे अपने पंजाब का भी नाम रोशन किया है। इन्हां लड़कियां दी सिर्फ पंजाब विच ही नहीं न्यूजीलैंड विच भी वाहवाह हो रही है। इस मौके ते इन्हां दे परिवारक मैंबर काफ़ी खुश हैं कि उन्हां दीयां बच्चियां ने ईमानदारी का सबूत दे के पंजाबियां दी शान नूं होर भी वधाया है। इस मौके ते परिवारक मैंबरां दा कहना है कि उन्हां नूं अपनियां बच्चियां ते बहुत माण है। ਉਹ ਸਾਡੀ ਨੂੰਹ ਬੇਟੀ ਜੀ 2019 ਦੇ ਨਵੰਬਰ 11 ਨਵੰਬਰ ਨੂੰ ਅਸੀਂ ਭੇਜੇ ਤੇ ਨਿਊਜ਼ੀਲੈਂਡ। ਉੱਥੇ ਪੜ੍ਹਾਈ ਕਰਨ ਵਾਸਤੇ ਗਏ ਤੇ ਉਹ ਅਤੇ ਉੱਥੇ ਉਹ ਪੜ੍ਹਦੇ ਨੇ, ਆਪਣੀ ਪੜ੍ਹਾਈ ਵਧੀਆ ਉਸ ਨਾਲ ਕਰ ਰਹੇ ਨੇ। ਬਹੁਤ ਵੱਡੀ ਗੱਲ ਹੈ ਜੀ, ਬਹੁਤ ਖੁਸ਼ੀ ਹੈ। ਇਮਾਨਦਾਰੀ ਨਾਲ ਤਾਂ ਵੱਡੀ ਕੋਈ ਚੀਜ਼ ਹੀ ਨਹੀਂ ਹੋ ਸਕਦੀ। ਸਾਨੂੰ ਬੜਾ ਮਾਣ ਹੈ ਇਸ ਗੱਲ 'ਤੇ। ਸਾਡੇ ਬੇਟੀ ਬੇਟੀ 'ਤੇ ਵੀ ਬਹੁਤ ਉਹਨਾਂ ਨੇ ਚੰਗਾ ਕੰਮ ਕਰਿਆ ਹੈ। ਜਦੋਂ ਉਹਨਾਂ ਨੇ ਇਹ ਜਿਹੜੇ ਡਾਲਰ ਵਾਪਸ ਕੀਤੇ ਤਾਂ ਤੁਹਾਡੇ ਨਾਲ ਗੱਲ ਕੀਤੀ, ਤੁਹਾਡੇ ਨਾਲ ਫੋਨ ਵਗੈਰਾ ਆਇਆ? ਹਾਂਜੀ, ਫੋਨ ਆਇਆ ਸੀ। ਅੱਛਾ, ਕਿਸ ਤਰ੍ਹਾਂ ਖੁਸ਼ੀ ਸਾਂਝੀ ਕੀਤੀ ਫਿਰ ਤੁਸੀਂ? ਹਾਂ ਜੀ, ਜਿਹਨੇ ਫਿਰ ਉਹਨਾਂ ਨੇ ਇਹੀ ਗੱਲ ਸਲਾਹ ਦਿੱਤੀ ਵੀ ਬਹੁਤ ਚੰਗਾ ਕੰਮ ਕਰਿਆ, ਬੜੀ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ। ਸਾਡਾ ਉਰੇ ਵੀ ਮਾਣ ਵਧਿਆ, ਉੱਥੇ ਵੀ ਵਧੀਆ ਹੋਇਆ। ਮੇਰੀ ਸੋਚ ਵੀ ਰਿਕਾਰਡ ਮੇਰੀ ਭਰਜਾਈ ਨੇ ਇਹ 2019 ਦੇ ਨਵੰਬਰ ਮਹੀਨੇ 'ਚ ਗਏ ਤੇ ਨਿਊਜ਼ੀਲੈਂਡ ਆਪਣੀ ਪੜ੍ਹਾਈ ਵਾਸਤੇ। ਅਤੇ ਉੱਥੇ ਪੜ੍ਹਾਈ ਕਰਦੇ ਦੌਰਾਨ ਉਹਨਾਂ ਨੂੰ ਆਹ ਪਿਛਲੇ ਦਿਨੀ ਇੱਕ ਕੈਸ਼ ਨਾਲ ਭਰਿਆ ਬੈਗ ਮਿਲਿਆ ਅਤੇ ਉਹ ਤਾਂ ਉਹਨਾਂ ਦੀ ਫਰੈਂਡ ਨੇ ਜਾ ਕੇ ਪੁਲਿਸ ਸਟੇਸ਼ਨ 'ਚ ਦੱਸਿਆ ਅਤੇ ਉਹਨਾਂ ਨੂੰ ਟਰਨ ਕੀਤਾ। ਅਤੇ ਇਸ ਗੱਲ ਨਾਲ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਸਾਨੂੰ ਇੱਧਰ ਵੀ ਅਤੇ ਉੱਥੇ ਉਹਨਾਂ ਨੂੰ ਵੀ ਲੋਕ ਆ ਕੇ ਐਪਰੀਸ਼ੀਏਟ ਕਰਦੇ ਨੇ, ਵਧਾਈ ਦਿੰਦੇ ਨੇ ਅਤੇ ਸਾਡੇ ਮਤਲਬ ਪ੍ਰਾਊਡ ਆ ਸਾਨੂੰ ਮੇਰੀ ਆਪਣੀ ਭਰਜਾਈ ਦੀ। ਹਾਂਜੀ, ਇਹ ਗੱਲ ਤੋਂ ਸਿੱਧ ਹੁੰਦੇ ਹੀ ਆਪਣੀ ਇਮਾਨਦਾਰੀ ਦਿਖਦੀ ਹੈ। ਉਹਨਾਂ ਨੇ ਇੱਕ ਕੈਸ਼ ਨਾਲ ਭਰਿਆ ਹੋਇਆ ਬੈਗ ਰਿਟਰਨ ਕੀਤਾ, ਇੱਕ ਬਹੁਤ ਵੱਡੀ ਗੱਲ ਹੈ ਆਪਣੇ ਵਾਸਤੇ ਅਤੇ ਹੋਰ ਪੰਜਾਬੀਆਂ ਵਾਸਤੇ ਵੀ। ਇਹਦੇ ਵਿੱਚ ਕਿੰਨਾ ਕੈਸ਼ ਸੀਗਾ, ਕੁਛ ਪਤਾ ਲੱਗਿਆ ਸੀ? ਨਹੀਂ, ਇਸ ਗੱਲ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਜੀ। ਅਤੇ ਕਿਉਂਕਿ ਉਹਨਾਂ ਨੇ ਬੈਗ ਜਦੋਂ ਲੱਭਿਆ ਉਹਨਾਂ ਨੂੰ, ਉਹਨਾਂ ਨੇ ਖੋਲ੍ਹ ਕੇ ਦੇਖਿਆ, ਪਤਾ ਲੱਗਿਆ ਵਿੱਚ ਕੈਸ਼, ਉਹਨਾਂ ਨੇ ਐਵੇਂ ਬੰਦ ਕਰਕੇ ਉਹ ਪੁਲਿਸ ਨੂੰ ਦੇ ਦਿੱਤਾ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।